ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਗੁਰਵਿੰਦਰ ਪੀਟੀ ਚੈਨਲ ਅੱਜ ਦੀ ਵੀਡੀਓ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਵੀ ਕਿਹੜੇ ਐਗਜ਼ਾਮ ਸੈਂਟਰ ਦੇ ਵਿੱਚ ਆਪਾਂ ਨੂੰ ਐਗਜ਼ਾਮ ਦੇਣਾ ਚਾਹੀਦਾ ਵਾ ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਕਮੈਂਟ ਸੈਕਸ਼ਨ ਦੇ ਵਿੱਚ ਅਸੀਂ ਐਗਜ਼ਾਮ ਫਿਲ ਕਰਨਾ ਸਾਨੂੰ ਕੋਈ ਵਧੀਆ ਬੈਸਟ ਐਗਜ਼ਾਮ ਸੈਂਟਰ ਦੱਸੋ ਜਿੱਥੇ ਅਸੀਂ ਆਪਦਾ ਐਗਜ਼ਾਮ ਫਿਲ ਕਰ ਸਕਦੇ ਹਾਂ ਮੈਂ ਸਾਰੇ ਬੱਚਿਆਂ ਨੂੰ ਜਿਹੜਾ ਮੇਰਾ ਐਕਸਪੀਰੀਅੰਸ ਆ ਉਹਦੇ ਅਕੋਰਡਿੰਗ ਤੁਹਾਨੂੰ ਮੈਂ ਗੱਲ ਦੱਸਣੀ ਚਾਹੁੰਦਾ ਹਾਂ ਆਪਾਂ ਨੂੰ ਹਮੇਸ਼ਾ ਜਿਹੜਾ ਐਗਜ਼ਾਮ ਆ ਨਾ ਉਹ ਪੀਅਰਸਨ ਦੇ ਪ੍ਰੋਫੈਸ਼ਨਲ ਸੈਂਟਰ ਦੇ ਵਿੱਚ ਫਿਲ ਕਰਨਾ ਚਾਹੀਦਾ ਵਾ ਪੀਅਰਸਨ ਦੇ ਪ੍ਰੋਫੈਸ਼ਨਲ ਸੈਂਟਰ ਦੇ ਵਿੱਚ ਕਿਉਂ ਸਭ ਤੋਂ ਪਹਿਲੀ ਗੱਲ ਇੱਕ ਤਾਂ ਉੱਥੇ ਡਿਸਿਪਲਿਨ ਬਹੁਤ ਜ਼ਿਆਦਾ ਹੁੰਦਾ ਵਾ ਤੇ ਕੱਲ ਨੂੰ ਆਪਾਂ ਨੂੰ ਕੋਈ ਵੀ ਐਗਜ਼ਾਮ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਜੇ ਆਪਾਂ ਪੀਅਰਸਨ ਵਾਲਿਆਂ ਨੂੰ ਕਾਲ ਲਾਉਂਦੇ ਆ ਉਹ ਬਹੁਤ ਜਲਦੀ ਤੋਂ ਜਲਦੀ ਆਪਣਾ ਜਿਹੜਾ ਆਪਣੀ ਪ੍ਰੋਬਲਮ ਆ ਉਹਨੂੰ ਸੋਲਵ ਕਰ ਦਿੰਦੇ ਆ ਬੱਚੇ ਮੈਨੂੰ ਪੁੱਛਦੇ ਵੀ ਐਗਜ਼ਾਮ ਸੈਂਟਰ ਸਾਡਾ ਅਸੀਂ ਇੱਥੇ ਐਗਜ਼ਾਮ ਸੈਂਟਰ 'ਚ ਐਗਜ਼ਾਮ ਦਿੱਤਾ ਉੱਥੇ ਐਗਜ਼ਾਮ ਸੈਂਟਰ 'ਚ ਐਗਜ਼ਾਮ ਦਿੱਤਾ ਸਾਡੀ ਸਕੋਰਿੰਗ ਆ ਜਿਹੜੀ ਆ ਨਹੀਂ ਪਾਈ ਪਹਿਲਾਂ ਇੱਕ ਚੀਜ਼ ਧਿਆਨ 'ਚ ਰੱਖਿਓ ਕੋਈ ਵੀ ਐਗਜ਼ਾਮ ਸੈਂਟਰ ਆ ਕਿਤੇ ਵੀ ਐਗਜ਼ਾਮ ਦਿੰਦੇ ਹੋ ਉਹ ਤਾਂ ਤੁਹਾਡੀ ਸਕੋਰਿੰਗ ਨਾਲ ਕੋਈ ਲੈਣਾ ਦੇਣਾ ਨਹੀਂ ਗਾ ਹੁਣ ਮੈਨੂੰ ਇਹ ਕੋਈ ਬੱਚੇ ਕੁਐਸਚਨ ਇਨਪੁੱਟ ਕਰ ਲੈਂਦੇ ਸਰ ਅਸੀਂ ਦੋ ਵਾਰ ਇੱਥੇ ਐਗਜ਼ਾਮ ਦਿੱਤਾ ਸੀਗਾ ਇੱਕ ਵਾਰ ਇੱਥੇ ਐਗਜ਼ਾਮ ਦਿੱਤਾ ਸੀਗਾ ਕਿ ਅਸੀਂ ਫਿਰ ਦੁਬਾਰਾ ਉਹ ਸੈਂਟਰ ਦੇ ਵਿੱਚ ਐਗਜ਼ਾਮ ਦੇ ਸਕਦੇ ਹਾਂ ਬਿਲਕੁਲ ਤੁਸੀਂ ਦੇ ਸਕਦੇ ਹੋ ਕੋਈ ਐਗਜ਼ਾਮ ਸੈਂਟਰ ਆ ਨਾ ਜਿੱਥੇ ਤੁਸੀਂ ਐਗਜ਼ਾਮ ਦਿੱਤਾ ਹੋਇਆ ਵਾ ਉੱਥੇ ਤੁਸੀਂ ਦੂਜੀ ਤੀਜੀ ਵਾਰ ਐਗਜ਼ਾਮ ਦੇਣਾ ਡਜ਼ਨਟ ਮੈਟਰ ਉਹ ਕੋਈ ਮੈਟਰ ਨਹੀਂ ਕਰਦੀ ਚੀਜ਼ ਨਾਲੇ ਕਿਸੇ ਐਗਜ਼ਾਮ ਸੈਂਟਰ ਦੇ ਵਿੱਚ ਕਿਸੇ ਬੱਚੇ ਦੇ ਬੈਂਡ ਨਾ ਆਉਣਾ ਇਹ ਚੀਜ਼ਾਂ ਗਲਤ ਆ ਕੋਈ ਐਗਜ਼ਾਮ ਸੈਂਟਰ ਇਹ ਡਿਸਾਈਡ ਨਹੀਂ ਕਰਦਾ ਤੁਹਾਡੇ ਬੈਂਡ ਆਵੇ ਜਾਂ ਨਾ ਆਉਣ ਜਾਂ ਨਾ ਆਉਣ ਬੈਂਡ ਸਕੋਰ ਜਿਹੜੇ ਬੱਚੇ ਦੀ ਪਰਫਾਰਮੈਂਸ ਤੇ ਡਿਪੈਂਡ ਕਰਦੇ ਹੁੰਦੇ ਕਦੇ ਐਗਜ਼ਾਮ ਸੈਂਟਰ ਤੇ ਡਿਪੈਂਡ ਨਹੀਂ ਕਰਦੇ ਹੁੰਦੇ ਹੈਗੇ ਵੈਸੇ ਮੈਂ ਜਿਹੜਾ ਪਰਸਨਲੀ ਮੇਰਾ ਸੁਝਾਅ ਵਾ ਮੈਂ ਹਮੇਸ਼ਾ ਇੱਕ ਬੱਚੇ ਨੂੰ ਸਾਰੇ ਬੱਚਿਆਂ ਨੂੰ ਇਹ ਚੀਜ਼ ਕਹਿੰਦਾ ਹੁੰਦਾ ਵੀ ਜਿਹੜਾ ਸੈਂਟਰ ਆ ਨਾ ਤੁਸੀਂ ਸੈਂਟਰ ਸਿਰਫ ਪੀਅਰਸਨ ਦਾ ਪ੍ਰੋਫੈਸ਼ਨਲ ਸੈਂਟਰ ਚੂਜ਼ ਕਰਿਆ ਕਰੋ ਐਗਜ਼ਾਮ ਬੁੱਕ ਕਰਨ ਲੱਗੇ ਕਿਉਂਕਿ ਡਿਸਿਪਲਿਨ ਵਗੈਰਾ ਇੱਕ ਜਿਹੜਾ ਮਾਈਕਰੋਫੋਨਸ ਵਗੈਰਾ ਸਾਰਾ ਕੁਛ ਨਾ ਬਹੁਤ ਵਧੀਆ ਹੁੰਦਾ ਵਾ ਜਦੋਂ ਆਪਾਂ ਕਿਸੇ ਹੋਰ ਸੈਂਟਰ ਦੇ ਵਿੱਚ ਐਗਜ਼ਾਮ ਬੁੱਕ ਕਰ ਦਿੰਦੇ ਆ ਬੱਚੇ ਕਹਿੰਦੇ ਆ ਉੱਥੇ ਸਾਡਾ ਐਗਜ਼ਾਮ ਵਧੀਆ ਨਹੀਂ ਹੋਇਆ ਟੈਕਨੀਕਲ ਪ੍ਰੋਬਲਮ ਆ ਗਈ ਜਾਂ ਸਾਡਾ ਐਕਸਟਰਾ ਵਰਡ ਅਸੀਂ ਜਦੋਂ ਕੀਬੋਰਡ ਤੇ ਪਾਉਂਦੇ ਪਏ ਸਾਡਾ ਐਸੇ ਵਗੈਰਾ ਗਲਤ ਹੋ ਗਿਆ ਕਿਉਂ ਕਈ ਵਾਰ ਨਾ ਕੀਬੋਰਡ ਦੇ ਬਟਨ ਆ ਜਿਹੜੇ ਥੋੜੇ ਤੋਂ ਪਹਿਲਾਂ ਐਗਜ਼ਾਮ ਦੇ ਕੇ ਬੱਚੇ ਗਏ ਹੁੰਦੇ ਆ ਕੀਬੋਰਡ ਦੇ ਬਟਨ ਜ਼ੋਰ ਜ਼ੋਰ ਨਾਲ ਪ੍ਰੈਸ ਕਰਦੇ ਆ ਬਟਨ ਖਰਾਬ ਹੋ ਸਕਦੇ ਆ ਤੁਹਾਡਾ ਮਾਈਕਰੋਫੋਨ ਖਰਾਬ ਹੋ ਸਕਦਾ ਵਾ ਤੁਹਾਡਾ ਮਾਊਸ ਖਰਾਬ ਹੋ ਸਕਦਾ ਵਾ ਉਹ ਚੀਜ਼ਾਂ ਪਹਿਲਾਂ ਆਪਦੇ ਐਗਜ਼ਾਮ ਤੋਂ ਪਹਿਲਾਂ ਚੈੱਕ ਕਰ ਲਿਆ ਕਰੋ ਇਹ ਚੀਜ਼ਾਂ ਐਗਜ਼ਾਮ ਦੇ ਵਿੱਚ ਖਰਾਬ ਹੋ ਸਕਦੀਆਂ ਵਾ ਬਾਕੀ ਜਿਹੜੇ ਬੱਚਿਆਂ ਦੀ ਇਹ ਸੋਚ ਆ ਐਗਜ਼ਾਮ ਸੈਂਟਰ ਨੂੰ ਲੈ ਕੇ ਐਗਜ਼ਾਮ ਸੈਂਟਰ ਆ ਬੈਸਟ ਆ ਆ ਮਾੜਾ ਕੋਈ ਐਗਜ਼ਾਮ ਸੈਂਟਰ ਚੰਗਾ ਨਹੀਂ ਕੋਈ ਐਗਜ਼ਾਮ ਸੈਂਟਰ ਮਾੜਾ ਨਹੀਂ ਸਾਰੇ ਐਗਜ਼ਾਮ ਸੈਂਟਰ ਇੱਕੋ ਜਿਹੇ ਆ ਬਸ ਐਗਜ਼ਾਮ ਸੈਂਟਰ ਦੇ ਵਿੱਚ ਸਿਰਫ ਔਰ ਸਿਰਫ ਇੱਕ ਚੀਜ਼ ਮੈਂਸ਼ਨ ਕਰਦੀ ਆ ਮੈਟਰ ਕਰਦੀ ਆ ਉਹ ਸਿਰਫ ਹੈਗੀ ਆ ਡਿਸਿਪਲਿਨ ਤੇ ਤੁਹਾਡਾ ਜਿਹੜਾ ਐਗਜ਼ਾਮ ਦੇ ਵਿੱਚ ਜਿਹੜਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਮਟੀਰੀਅਲ ਕੀਬੋਰਡ ਵਗੈਰਾ ਮਾਊਸ ਵਗੈਰਾ ਕੰਪਿਊਟਰ ਵਗੈਰਾ ਮਾਈਕਰੋਫੋਨ ਵਗੈਰਾ ਕਿ ਉਹਨਾਂ ਦੀ ਕੁਆਲਿਟੀ ਤੇ ਉਹ ਕੁਆਲਿਟੀ ਹਮੇਸ਼ਾ ਆਪਾਂ ਨੂੰ ਪੀਅਰਸਨ ਵਧੀਆ ਦੇ ਸਕਦਾ ਕਿਉਂਕਿ ਆਪਣਾ ਐਗਜ਼ਾਮ ਆ ਜਿਹੜਾ ਉਹ ਪੀਅਰਸਨ ਦੇ ਅੰਡਰ ਆਉਂਦਾ ਵਾ ਪੀਅਰਸਨ ਆਪਾਂ ਨੂੰ ਉਹ ਚੀਜ਼ ਜਿਹੜੀ ਆ ਬੈਸਟ ਤੋਂ ਬੈਸਟ ਦੇ ਸਕਦਾ ਵਾ ਸੋ ਸਾਰੇ ਬੱਚੇ ਇਹ ਚੀਜ਼ ਨੂੰ ਧਿਆਨ 'ਚ ਰੱਖਣ ਮੈਂ ਹਮੇਸ਼ਾ ਇਹ ਚੀਜ਼ ਤੁਹਾਨੂੰ ਕਹਿਣਾ ਹੁੰਦਾ ਕਈ ਬੱਚੇ ਕਹਿੰਦੇ ਨਾ ਅਸੀਂ ਆਹ ਫਲਾਣੇ ਸੈਂਟਰ ਦੇ ਵਿੱਚ ਐਗਜ਼ਾਮ ਦੇਣਾ ਵਾ ਉੱਥੇ ਨਾ ਕਮਰੇ ਬਣੇ ਹੋਏ ਆ ਰੂਮ ਬਣੇ ਹੋਏ ਆ ਅਸੀਂ ਉੱਥੇ ਐਗਜ਼ਾਮ ਦੇ ਸਕਦੇ ਹਾਂ ਪੀਅਰਸਨ ਦੇ ਜਿੰਨੇ ਵੀ ਸੈਂਟਰ ਆ ਨਾ ਚਾਹੇ ਇੰਡੀਆ ਦੇ ਵਿੱਚ ਆ ਫੋਰਨ ਕੰਟਰੀਜ਼ ਦੇ ਵਿੱਚ ਆ ਉਹਨਾਂ ਨੇ ਹਮੇਸ਼ਾ ਕੈਬਿਨ ਜੇ ਛੋਟੇ ਛੋਟੇ ਬਣਾਏ ਹੁੰਦੇ ਆ ਰੂਮ ਨਹੀਂ ਬਣਾਇਆ ਹੁੰਦਾ ਕਿਉਂ ਨਹੀਂ ਬਣਾਇਆ ਹੁੰਦਾ ਕਿਉਂਕਿ ਅਗਰ ਰੂਮ ਦੇ ਵਿੱਚ ਨਾ ਜਦੋਂ ਸਟੂਡੈਂਟ ਬਹਿ ਕੇ ਐਗਜ਼ਾਮ ਦਿੰਦਾ ਵਾ ਉਹਦੀ ਆਵਾਜ਼ ਗੂੰਜਦੀ ਆ ਤੁਸੀਂ ਕੋਈ ਵੀ ਬੱਚਾ ਕਿਸੇ ਇੱਕ ਰੂਮ ਖਾਲੀ ਦੇ ਵਿੱਚ ਬਹਿ ਕੇ ਐਗਜ਼ਾਮ ਦੇ ਕੇ ਵੇਖ ਲਿਓ ਸਪੀਕਿੰਗ ਦੀ ਆਵਾਜ਼ ਗੂੰਜੀ ਜਾਊਗੀ ਸੋ ਇਹ ਮਿਸਟੇਕਸ ਆ ਇਹ ਪੀਅਰਸਨ ਨੂੰ ਪਹਿਲਾਂ ਪਤਾ ਹੁੰਦੀਆਂ ਵਾ ਪੀਅਰਸਨ ਦੇ ਜਿੰਨੇ ਵੀ ਸੈਂਟਰ ਨਾ ਇੰਡੀਆ ਦੇ ਵਿੱਚ ਆ ਫੋਰਨ ਕੰਟਰੀਜ਼ ਦੇ ਵਿੱਚ ਆ ਸਾਰੇ ਸੇਮ ਹੁੰਦੇ ਆ ਸੋ ਪੀਅਰਸਨ ਦਾ ਮਟੀਰੀਅਲ ਵੀ ਜਿਹੜਾ ਹੁੰਦਾ ਬਹੁਤ ਹਾਈ ਕੁਆਲਿਟੀ ਦਾ ਹੁੰਦਾ ਵਾ ਸੋ ਤਾਂ ਕਰਕੇ ਮੈਂ ਹਰੇਕ ਬੱਚੇ ਨੂੰ ਇਹੀ ਕਹਿਣਾ ਹੁੰਦਾ ਵਾ ਜੇਕਰ ਤੁਸੀਂ ਐਗਜ਼ਾਮ ਦੇਣਾ ਵਾ ਸਿਰਫ ਔਰ ਸਿਰਫ ਪੀਅਰਸਨ ਦੇ ਪ੍ਰੋਫੈਸ਼ਨਲ ਸੈਂਟਰ ਦੇ ਵਿੱਚ ਉੱਥੇ ਜਾ ਕੇ ਐਗਜ਼ਾਮ ਦਿਓ ਆਪਣਾ ਤੇ ਐਗਜ਼ਾਮ ਦੇ ਵਿੱਚ ਸਕੋਰਿੰਗ ਤੁਹਾਡੀ ਬਹੁਤ ਵਧੀਆ ਹੋਊਗੀ ਜੇ ਕੋਈ ਵੀ ਤੁਹਾਡਾ ਕੁਐਸਚਨ ਆ ਕਿਸੇ ਵੀ ਚੀਜ਼ ਦੇ ਰਿਲੇਟਡ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਮੇਰੇ ਤੋਂ ਪਰਸਨਲ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਆਪਦਾ ਨੰਬਰ ਮੈਂਸ਼ਨ ਕੀਤਾ ਹੋਇਆ ਕਾਲ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ ਤੁਸੀਂ ਮੈਨੂੰ ਮੈਂ ਹਰੇਕ ਬੱਚੇ ਦਾ ਜਵਾਬ ਦਿੰਦਾ ਵਾਂ ਤੇ ਜੇ ਮੇਰੇ ਤੋਂ ਪਰਸਨਲ ਆਨਲਾਈਨ ਕਲਾਸਿਸ ਵੀ ਲੈਣਾ ਚਾਹੁੰਦੇ ਹੋ ਆਨਲਾਈਨ ਕਲਾਸਿਸ ਵੀ ਅਵੇਲੇਬਲ ਨੇ ਤੇ ਸਾਡੀਆਂ ਵੀਡੀਓਜ਼ ਡੇਲੀ ਡੇਲੀ ਦੇਖਣ ਵਾਸਤੇ ਗੁਰਵਿੰਦਰ ਪੀਟੀ ਦਾ ਚੈਨਲ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਆਨ ਕਰ ਲਓ ਵੀਡੀਓ ਵਧੀਆ ਲੱਗਦੀ ਹੁੰਦੀ ਵੀਡੀਓ ਨੂੰ ਲਾਈਕ ਕਰਕੇ ਦੋਸਤ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਇਦਾਂ ਤੁਹਾਡੇ ਵਾਸਤੇ ਡਿਫਰੈਂਟ ਡਿਫਰੈਂਟ ਟੌਪਿਕਸ ਅਸੀਂ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ ਅਗਲੀ ਵੀਡੀਓ ਜਲਦੀ ਥੈਂਕ ਯੂ ਸੋ ਮਚ